ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਮਨ ਕੀ ਬਾਤ ਪ੍ਰੋਗਰਾਮ ਚ ਅਗਲੀ ਖਬਰ ਹੈ ਜੀ, ਪਰਵਾਨ ਚੜੀ ਜਲੰਧਰ ਦਾ ਕੋਈ ਮੁੰਡਾ ਹੈ ਤੇ ਲਾਹੌਰ ਦੀ ਕੁੜੀ ਹੈਗੀ ਏ, ਉਹਨਾਂ ਨਾਲ ਪਿਆਰ ਹੋ ਗਿਆ ਤੇ ਕੁੜੀ ਆ ਗਈ ਇੰਡੀਆ ਚ ਤੇ 10 ਤਰੀਕ ਨੂੰ ਵਿਆਹ ਆਉਣਾ। ਵਧਾਈਆਂ ਵਧਾਈਆਂ ਵਧਾਈਆਂ। ਧਰਮ ਸੋਤ ਨੂੰ ਜੇਲ ਚ ਮਿਲਣ ਪੁੱਜੇ ਰਾਜਾ ਵੜਿੰਗ ਤੇ ਸੁਰਿੰਦਰ ਹੁੰਦਾਵਾ, ਇਹ ਜਿਹੀਆਂ ਸਿਆਸੀ ਗ੍ਰਿਫਤਾਰੀਆਂ ਨੇ, ਇਹ ਉਹ ਅੰਦਮਾਨ ਜੀ ਬੰਦ ਹੋਣੀਆਂ ਚਾਹੀਦੀਆਂ ਨੇ। ਪਾਣੀਆਂ ਦੇ ਮੁੱਦੇ ਤੇ ਕਿਸਾਨ ਜਿੱਥੇ ਬੰਦਿਆਂ ਦੀ ਮੀਟਿੰਗ ਕਰੇ, ਚਲੋ ਮੀਟਿੰਗਾਂ ਕੱਖ ਨੀ ਤੁਹਾਡਾ ਬਣਨਾ, ਕਿਉਂਕਿ ਤੁਸੀਂ ਬੰਦੇ ਅੰਦਰੋਂ ਸਹੀ ਨੀ ਹੈਗੇ। ਪੰਜਾਬ ਸਰਕਾਰ ਨੇ ਲੋਕਾਂ ਚ ਸਾਖ ਬਹਾਲ ਕਰਨ ਲਈ ਤਬਦੀਲੀਆਂ ਦਾ ਰਾਹ ਫੜਿਆ, ਉਹ ਤਾਂ ਬੱਚੇ ਬੱਚੇ ਨੂੰ ਪਤਾ। ਸਾਰੀਆਂ ਗੁਣਾਂ ਦੀਆਂ ਸਰਕਾਰਾਂ ਚ ਖੋਟੀਆਂ ਵੀ ਹੁੰਦੀਆਂ ਵਿੱਚੋਂ। ਤੇ ਅਪਸ਼ਬਦ ਬੋਲਣ ਦੇ ਮਾਮਲੇ ਚ ਅਦਾਕਾਰ ਰਾਣਾ ਜੰਗ ਬਹਾਦਰ ਗ੍ਰਿਫ਼ਤਾਰ। ਇਹ ਸਾਡੇ ਇੰਡੀਆ ਚ ਅਪਸ਼ਬਦ ਕੌਣ ਬੋਲਦੇ ਨੇ ਜਿਨ੍ਹਾਂ ਦਾ ਅੰਦਰਲਾ ਭਾਂਡਾ ਖਾਲੀ ਏ? ਇਹ ਬੰਦਾ ਬਹੁਤ ਅੰਦਰੋਂ ਕਰੈਕ ਹੋਏਗਾ, ਮੈਂਟਲ ਕਹਿੰਦੇ ਠੀਕ ਰਹੇਗਾ। ਸ਼੍ਰੋਮਣੀ ਕਮੇਟੀ ਤਿਆਰ ਕਰਵਾਏਗੀ ਗੁਰਬਾਣੀ ਐਪ। ਚਲੋ ਧਾਮੀ ਸਾਹਿਬ ਨੇ ਕੋਈ ਸਿਆਣੀ ਗੱਲ ਕੀਤੀ, ਆਦੇ ਬਾਦਲਾਂ ਦੇ ਬੰਦੇ ਨੇ ਪਰ ਵਿੱਚ ਵਿੱਚ ਸਿਆਣੀਆਂ ਗੱਲਾਂ ਕਰ ਜਾਂਦੇ ਨੇ। ਕੇਂਦਰੀ ਸਿੱਖ ਅਜਾਇਬ ਘਰ ਚ ਲੱਗੇਗੀ ਬਲਵਿੰਦਰ ਸਟਾਣਾ ਦੀ ਤਸਵੀਰ, ਜਟਾਣਾ ਦੀ ਤਸਵੀਰ। ਇਹ ਮੈਨੂੰ ਗੱਲ ਜੱਚੀ ਨੀ ਆਪਣਾ ਧਾਮੀ ਸਾਹਿਬ ਹੋਵੇ ਸਿੱਖ ਅਜਾਇਬ ਘਰ ਤੇ ਫੋਟੋ ਲਾ ਰਹੇ ਬਲਵਿੰਦਰ ਜਟਾਣਾ, ਇਹਦੇ ਨਾਲ ਸਿੰਗਲ ਫੀ ਨੀ ਲੱਗਾ ਹੋਇਆ, ਇਹ ਤੈਨੂੰ ਹੋ ਕੀ ਗਿਆ? ਇਹ ਤੁਸੀਂ ਲੱਗਦਾ ਬਾਦਲਾਂ ਦੀ ਬੋਲੀ ਬੋਲ ਰਹੇ ਹੋ। ਹਾਂਜੀ, ਦੇਖੋ ਸਭ ਗਏ ਆ ਉੱਥੇ, ਦੇਖੋ।